ਤੇ ਉਧਰ ਬਰਨਾਲਾ ਪੁਲਿਸ ਨੇ ਇੱਕ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਹੋਇਆਂ 3 ਚੋਰਾਂ ਨੂੰ ਕਾਬੂ ਕੀਤਾ ਹੈ ਜੋ ਕਿ ਗੋਦਾਮ ਦੇ ਵਿੱਚ ਜੀਰੀ ਦੀਆਂ ਬੋਰੀਆਂ ਨੂੰ ਚੋਰੀ ਕਰਕੇ ਪੈਸਾ ਕਮਾਉਂਦੇ ਸਨ। ਹੁਣ ਤੱਕ ਦੀ ਪੜਤਾਲ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਚੋਰ 465 ਬੋਰੀਆਂ ਅਨਾਜ ਦੀਆਂ, ਕੰਪਿਊਟਰ, ਇਨਵਰਟਰ ਆਦਿ ਚੋਰੀ ਕਰ ਚੁੱਕੇ ਨੇ। ਫਿਲਹਾਲ ਪੁਲਿਸ ਨੇ ਇਹਨਾਂ ਦੋਸ਼ੀਆਂ 'ਤੇ ਮੁਕੱਦਮਾ ਦਰਜ ਕਰ ਦਿੱਤਾ ਹੈ ਅਤੇ ਕਾਰਵਾਈ ਜਾਰੀ ਹੈ। ਇਹ ਚੋਰਾਂ ਦਾ ਇੱਕ ਗਿਰੋਹ ਹੈ ਜਿਹਦਾ ਕਿ ਮੁੱਖ ਸਰਗਨਾ ਬਲਜੀਤ ਸਿੰਘ ਨਾਮ ਦਾ ਵਿਅਕਤੀ ਹੈ ਜੋ ਜਗਰਾਓਂ ਦਾ ਰਹਿਣ ਵਾਲਾ ਹੈ ਔਰ ਇਹਨਾਂ ਨੇ 450 ਦੇ ਕਰੀਬ ਚਾਵਲ ਦੇ ਬੈਗ ਇੱਥੋਂ ਬਰਨਾਲਾ ਦੇ ਵੇਅਰ ਹਾਊਸ 'ਚੋਂ ਚੋਰੀ ਕੀਤੇ ਸਨ ਜੋ ਕਿ ਗੌਰਮੈਂਟ ਦੇ ਖਾਤੇ ਦੇ ਵਿੱਚ ਸਨ ਔਰ ਇਹਨਾਂ ਬੈਗਸ ਦੇ ਵਿੱਚੋਂ ਦੀ ਇਹਨਾਂ ਨੇ ਕੁਛ ਬੈਗ ਜਿਹੜੇ ਹੈਗੇ ਆਪਣੇ ਕੋਲ ਰੱਖੇ ਹੋਏ ਸਨ। ਇੱਕ ਦੁਕਾਨ ਜੋ ਕਿ ਗਗਨ ਸ਼ਰਮਾ ਦੀ ਸੀ ਉਹਦੇ ਵਿੱਚ ਰੱਖੇ ਹੋਏ ਸਨ। ਜੋ ਗਗਨ ਸ਼ਰਮਾ ਨਾਮ ਦਾ ਵਪਾਰੀ ਉਹਨੇ ਇਹਨਾਂ ਦੀ ਮਦਦ ਕੀਤੀ, 2 ਕੈਂਟਰ ਇਹਨਾਂ ਨੂੰ ਦਿਲਵਾਏ ਜਿਹਦੇ ਰਾਹੀਂ ਕਿ ਇਹਨਾਂ ਨੇ 450 ਗੱਟੇ ਚਾਵਲ ਦੇ ਚੋਰੀ ਕਰਕੇ ਅਤੇ ਅੱਗੇ ਹੋਰ ਵਿਅਕਤੀਆਂ ਨੂੰ ਵੀ ਦਿੱਤੇ। ਇਸ ਗੈਂਗ ਦੇ ਵਿੱਚ ਕੁੱਲ 8 ਦੇ ਕਰੀਬ ਮੈਂਬਰ ਹਨ ਔਰ ਗਗਨ ਕਪੂਰ ਨਾਮ ਦਾ ਇੱਕ ਵਪਾਰੀ ਵੀ ਸ਼ਾਮਲ ਹੈ ਜੋ ਕਿ ਇਹਨਾਂ ਦੀ ਮਦਦ ਕਰਦਾ ਹੈ। ਇਹਦੇ ਵਿੱਚ ਫਿਲਹਾਲ 3 ਵਿਅਕਤੀਆਂ ਦੀ ਅਰੈਸਟ ਹੋਈ ਹੈ ਔਰ ਜਿਹਦੇ ਵਿੱਚ ਗਗਨ ਕਪੂਰ ਨਾਮ ਦਾ ਵਪਾਰੀ ਵੀ ਸ਼ਾਮਲ ਹੈ ਅਤੇ ਜਿਹੜਾ ਇਸ ਗੈਂਗ ਦਾ ਮੁੱਖ ਸਰਗਨਾ ਹੈ ਬਲਜੀਤ ਸਿੰਘ ਜੋ ਕਿ ਜਗਰਾਓਂ ਦਾ ਰਹਿਣ ਵਾਲਾ ਹੈ ਉਸਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਇਹਨਾਂ ਨੇ ਪਿਛਲੇ 3-4 ਸਾਲ ਦੇ ਵਿੱਚ ਜਗਰਾਓਂ, ਫਗਵਾੜਾ, ਲੁਧਿਆਣਾ, ਬਠਿੰਡਾ ਅਤੇ ਬਰਨਾਲਾ ਦੇ ਵਿੱਚ ਇਹ ਚੋਰੀਆਂ ਨੂੰ ਅੰਜਾਮ ਦਿੱਤਾ ਹੈ। ਕੁੱਲ 6-7 ਦੇ ਕਰੀਬ ਇਹਨਾਂ ਦੇ ਖਿਲਾਫ਼ FIRਾਂ ਦਰਜ ਹੋਈਆਂ ਸਨ। ਜਿਹੜਾ ਇਹਨਾਂ ਦਾ ਮੁੱਖ ਸਰਗਨਾ ਬਲਜੀਤ ਹੈ ਉਹ ਕਰੀਬਨ 3-4 ਮਹੀਨੇ ਪਹਿਲਾਂ ਹੀ ਜੇਲ੍ਹ 'ਚੋਂ ਵਾਪਸ ਆਇਆ ਸੀ ਪਰ ਚੰਗੀ ਜ਼ਿੰਦਗੀ ਜਿਉਣ ਦੀ ਬਜਾਏ ਉਸਨੇ ਦੁਬਾਰਾ ਫਿਰ ਇਹ ਕ੍ਰਾਈਮ ਵਾਲਾ ਰਸਤਾ ਅਪਣਾਇਆ ਔਰ ਇਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਹੈ ਅਤੇ ਬਾਕੀ ਹੋਰ ਵੀ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਪਿਛਲੇ 3-4 ਮਹੀਨੇ 'ਚ ਕੀਤੀਆਂ ਉਹਦੇ ਬਾਰੇ 'ਚ ਵੀ ਤਫਤੀਸ਼ ਦੌਰਾਨ ਪਤਾ ਕੀਤਾ ਜਾਏਗਾ। ਹੁਣ ਇਹ ਕੀਤੀ ਹੈ ਪਹਿਲੀ ਵਾਰ, ਪਹਿਲਾਂ ਤਾਂ ਕੋਈ ਨਹੀਂ ਕੀਤੀ ਹੈ, ਇਹ ਕੀਤੀ ਹੈ ਪਹਿਲੀ ਵਾਰ। ਕਿਵੇਂ ਕੀਤੀ? ਹਾਂਜੀ, ਕਿਵੇਂ ਕੀਤੀ ਚੋਰੀ? ਚੋਰੀ ਗੱਡੀ ਦੇ ਰਾਤ ਨੂੰ ਕੀਤੀ ਹੈ ਜੀ।